ਪੰਜਾਬ ਦਾ ਇਤਿਹਾਸਿਕ ਤਿਉਹਾਰ ਲੋਹੜੀ ਜਿਹਨੂੰ ਪੰਜਾਬ ਦੇ ਲੋਕ ਬਹੁਤ ਉਮੀਦਾਂ ਨਾਲ ਬਹੁਤ ਸਦਰਾਂ ਨਾਲ ਬਹੁਤ ਚਾਵਾਂ ਨਾਲ ਮਨਾਉਂਦੇ ਹੈ ਔਰ ਇਹ ਲੋਹੜੀ ਜਿਹਦਾ ਦਿੱਲੀ ਦਾ ਤਿਉਹਾਰ ਹੈ ਇਹ ਲੋਹੜੀ ਜ਼ਾਲਮਾਂ ਦੇ ਖਿਲਾਫ ਲੜਾਈ ਦਾ ਤਿਉਹਾਰ ਹੈ ਔਰ ਮੈਂ ਮਹਿਸੂਸ ਕਰਦਾ ਕਿ ਪੰਜਾਬੀ ਇਸ ਤਿਉਹਾਰ ਨੂੰ ਜਿੰਦਾ ਦਿੱਲੀ ਨਾਲ ਮਨਾਉਣਗੇ ਔਰ ਇਸ ਤੋਂ ਬਾਅਦ ਜਿਹੜੀ ਨਵੀਂ ਲੋਹੜੀ ਆਏਗੀ ਨਵੀਂ ਸਰਕਾਰ ਲੈ ਕੇ ਆਏਗੀ ਨਵੀਆਂ ਉਮੀਦਾਂ ਨਵੀਂ ਸਰਕਾਰ ਤੋਂ ਲੋਕਾਂ ਦੀਆਂ ਹੈਗੀਆਂ ਮੈਂ ਕਾਂਗਰਸ ਪਾਰਟੀ ਵੱਲੋਂ ਲੋਕਾਂ ਨੂੰ ਮੁਬਾਰਕਬਾਦ ਦੇਣਾ ਉਮੀਦ ਕਰਦਾ ਕਿ ਹਲਕਾ ਵੈਸ਼ ਦੇ ਲੋਕ ਕਾਂਗਰਸ ਪਾਰਟੀ ਨੂੰ ਵੋਟ ਦੇਣਗੇ ਔਰ ਲੋਹੜੀ ਖੁਸ਼ੀਆਂ ਨਾਲ ਮਨਾਉਣਗੇ ਠੀਕ ਹੈ ਇਹਨਾਂ ਗਿਆਨ ਦੇ